मर के मसले हल नहीं होंगे, चुप रहे दुश्मन साढ़े वल नहीं होंगे, हाड़े साथी उमरे उन्होंने मापिया तो विछोड़े झल नहीं होंगे। तस्वीरों में दिखाई दे रहे और मिट्टी के साथ मिट्टी हो रहे ये युवा किस्मत के आगे बेबस हैं। इनकी कहानी सुनने के बाद आप भी समय की सरकारों को एक बार तो जरूर कोसेंगे। कहानी उन दो युवाओं की है जिनके पास बीए, एमए, बीएड, एमएड के साथ ही बीलिब जैसी डिग्रियां हैं, लेकिन आज तक उन्हें नौकरी नहीं मिली। मजबूर होकर उन्हें इंटों के भट्टे पर काम करना पड़ रहा है। पंजाब के संगरूर के गांव शेरों के रहने वाले मक्खन शेरों और प्रितपाल ने बताया कि इतना पढ़ने लिखने के बाद भी उन्हें नौकरी नहीं मिली, इसकी जिम्मेदार सरकारें हैं। प्राइवेट स्कूलों में भी उनका शोषण होता है, 4-5 हजार रुपए दिए जाते हैं, इसलिए उनके माता पिता इंट बनाने वाले भट्टे पर इंटे बनाने का काम करते थे और उन्हें भी अपने गुजारे के लिए यही काम चुनना पड़ा। ਇਹਦੀ ਗੱਲ ਕੀ ਕਰੀਏ ਤਾਂ ਬੀ ਐੱਡ, ਐੱਮ ਐੱਡ, ਡਬਲ ਐੱਮ ਏ, ਐੱਮ ਏ ਪੰਜਾਬੀ, ਐੱਮ ਏ ਹਿਸਟਰੀ ਅਤੇ ਟੈਟ ਪਾਸ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਸਰ। ਇੰਨੀਆਂ ਜਿਹੜੀਆਂ ਪੜ੍ਹਾਈਆਂ ਅਤੇ ਇੰਨੀਆਂ ਡਿਗਰੀਆਂ ਹਾਸਲ ਕਰਨ ਦੇ ਬਾਵਜੂਦ ਕੀ ਗੱਲ ਤੁਸੀਂ ਕੋਈ ਹੋਰ ਨੌਕਰੀ ਜਾਂ ਹੋਰ ਰਸਤਾ ਕਿਉਂ ਨਹੀਂ ਅਪਣਾਇਆ ਆਪਦੇ ਰੁਜ਼ਗਾਰ ਲਈ? ਭੱਠੇ ਹੀ ਕਿਉਂ ਚੁਣਿਆ ਵੀ ਤੁਸੀਂ ਭੱਠੇ ਦੀ ਇੱਟਾਂ ਕਿਉਂ ਜਿਹੜੀਆਂ ਪੱਥਣ ਲਈ ਮਜਬੂਰ ਹੋਣ ਪੈ ਰਹੇ? ਅਸੀਂ ਰਸਤਾ ਅਪਣਾਇਆ ਸੀ ਸਕੂਲਾਂ ਦਾ, ਜਦਕਿ ਅਸੀਂ ਨੇ ਮਾਸਟਰੀ ਦਾ ਕੋਰਸ ਕੀਤਾ ਸੀ ਅਧਿਆਪਕ ਦਾ, ਵੀ ਸਕੂਲਾਂ ਦੇ ਵਿੱਚ ਅਧਿਆਪਕ ਲੱਗਾਂਗੇ। ਇੱਕ ਦੋ ਸਕੂਲਾਂ ਦੇ ਵਿੱਚ ਲੱਗੇ ਸੀਗੇ, 4,000-4,500 ਦੇ ਕਰੀਬ ਹੀ ਪੈਸੇ ਦਿੰਦੇ ਸੀਗੇ। ਉਹਦੇ ਨਾਲ ਤਾਂ ਹੁਣ ਉੱਥੋਂ ਦੂਰ ਵੀ ਜਾਣਾ ਪੈਂਦਾ ਸੀਗਾ, ਮੋਟਰਸਾਈਕਲ ਦਾ ਤੇਲ ਖਰਚਾ ਹੁੰਦਾ ਸੀਗਾ, ਇਹਦੇ ਨਾਲ ਸਾਨੂੰ ਲੱਗਿਆ ਵੀ ਪਰਿਵਾਰ ਦਾ ਹੋਣੀ ਸਾਨੂੰ। ਹੁਣ ਜਦੋਂ ਬੀ ਐੱਡ ਕਰਵਾਈ ਹੈ ਸਾਡਾ ਤਾਂ ਉਹੀ ਕਰਜ਼ਾ ਨਹੀਂ ਉੱਤਰ ਆਇਆ ਸੀ, 80,000 ਰੁਪਇਆ ਭਰਿਆ ਸੀਗਾ ਫੀਸਾਂ ਲਾਗੂ ਕੀਤੀਆਂ ਸੀ ਸਰਕਾਰ ਨੇ, ਉਦੋਂ ਤਾਂ ਇਹ ਮਾਫ਼ ਨਹੀਂ ਹੋਈਆਂ ਸੀ ਅਤੇ ਉਹ ਅਸੀਂ ਨੇ ਭੱਠੇ ਤੋਂ ਫੜ ਕੇ ਦਿੱਤੀਆਂ ਸੀ। ਜੇ ਹੁਣ 300 ਰੁਪਇਆ ਕਮਾਉਣੇ ਤਾਂ ਖਾਣ ਵਾਲੇ ਵੀ ਕਿੰਨੇ ਹੁੰਦੇ, ਜੇ ਇਸ ਤੋਂ ਬਾਅਦ ਹੋਰ ਵੀ ਮੁਸ਼ਕਲਾਂ ਹੁੰਦੀਆਂ ਨੇਗੀਆਂ ਪਰਿਵਾਰ ਦੀਆਂ, ਉਹ ਇਹਦੇ ਕਰਕੇ ਲੱਗੇ ਸੀ ਵੀ ਇੱਥੇ ਜਿਹੜਾ ਇਹਨਾਂ ਤੋਂ ਕਰਜ਼ਾ ਚੁੱਕਿਆ ਹੋਇਆ ਮਾਲਕਾਂ ਤੋਂ ਵੀ ਉਹ ਵੀ ਉੱਤਰ ਜਾਵੇ, ਅਤੇ ਇੱਕ ਇਹ ਹੈਗਾ ਵੀ ਇੱਥੇ ਲਗਾਤਾਰ ਕੰਮ ਮਿਲ ਜਾਂਦਾ। ਹੁਣ ਜੇ ਹੋਰ ਪਾਸੇ ਦਿਹਾੜੀ ਜਾਂਦੇ ਹਾਂ ਤਾਂ ਉਹ ਇੱਕ ਦਿਨ ਮਿਲਦੀ ਹੈ, ਦੋ ਦਿਨ ਨਹੀਂ ਮਿਲਦੀ, ਫਿਰ ਮਿਲਦੀ ਹੈ, ਉਹਦੇ ਨਾਲ ਤਾਂ ਫਿਰ ਜਿਹੜਾ ਗੈਪ ਆ ਜਾਂਦਾ ਪਰਿਵਾਰ ਦਾ ਕੋਈ ਗੁਜ਼ਾਰਾ ਤਸੱਲੀ ਬਖਸ਼ ਨਹੀਂ ਹੁੰਦਾ। ਕਿਨਾਰ ਦੇ ਜਿਹੜੇ ਸੁਪਨੇ ਸੀਗੇ ਵੀ ਸਾਡਾ ਪੁੱਤਾ ਜਿਹੜਾ ਅਧਿਆਪਕ ਬਣੂਗਾ, ਕੀ ਹੁਣ ਕਹੇ ਜਿਹੜੇ ਹਾਲਾਤ ਹੈਗੇ? ਹਾਂ ਹਾਲਾਤ ਸੀਗੇ, ਪਰਿਵਾਰ ਨੂੰ ਰਿਹਾ ਚ ਗਿਆ ਚਾਅ ਸੀਗਾ ਵੀ ਮੁੰਡਾ ਪੜ੍ਹ ਗਿਆ ਇੰਨਾ ਵੀ ਨੌਕਰੀ ਮਿਲ ਜਾਣੀ ਆ, ਪਰ ਹੁਣ ਇਸ ਤੋਂ ਬਾਅਦ ਜਦੋਂ ਨੌਕਰੀ ਨਹੀਂ ਮਿਲੀ ਇੱਕਦਮ ਜਿਹਾ ਹੋਇਆ ਸੀਗਾ ਵੀ ਬੇਰੁਜ਼ਗਾਰ ਹੋ ਗਿਆ ਹੈ ਨਾ, ਵੀ ਇੰਨਾ ਪੜ੍ਹਾਇਆ ਕਰਜ਼ਾ ਚੱਕ ਕੇ ਵੀ ਇੰਨੇ ਪੈਸੇ ਖਰਾਬ ਕੀਤੇ ਨੇ, ਇੱਕ ਟੋਬੇ 'ਚ ਕੱਚਾ ਡਾਲਾ ਡਿੱਗਣ ਵਾਲਾ ਕੰਮ ਹੋ ਜਾਂਦਾ, ਪੱਕਾ ਤਾਂ ਕੱਢਿਆ ਵੀ ਜਾਂਦਾ, ਕੱਚਾ ਤਾਂ ਖੁਰ ਜਾਂਦਾ, ਉਹ ਕੰਮ ਹੋਇਆ ਪਿਆ ਸਾਡੇ ਨਾਲ ਤਾਂ ਵੀ ਇਹ ਜੇ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ, ਪਰ ਫਿਰ ਵੀ ਅਸੀਂ ਮਾਂ ਪਿਓ ਦੇ ਨਾਲ ਖੜੇ ਹਾਂ, ਉਹਨਾਂ ਨੂੰ ਅਸੀਂ ਚੰਗੇ ਰਸਤੇ 'ਤੇ ਚੱਲਦੇ ਹਾਂਗੇ, ਉਹਨਾਂ ਨੂੰ ਕਿਸੇ ਪਾਸਿਓਂ ਕੋਈ ਉਲਾਂਭਾ ਨਹੀਂ ਆਉਣ ਦਿੰਦੇ, ਕੋਈ ਨਸ਼ੇ ਪੱਤੇ ਵਾਲਾ ਨਹੀਂ ਕੋਈ ਹੁੰਦਾ ਹਾਂ, ਅਤੇ ਇੱਕ ਕਦਮ ਹੋਰ ਹੈਗੇ ਸਾਡੇ ਸਾਥੀ ਚੱਕਦੇ ਜਿਹੜਾ ਉਹਦੇ ਵਾਲਾ ਖੁਦਕੁਸ਼ੀ ਵਾਲਾ ਆਤਮ ਹੱਤਿਆ ਕਰਦੇ ਨੇ, ਉਹ ਵੀ ਸਾਡਾ ਉਹ ਨਹੀਂ ਹੈਗਾ, ਕਿਉਂਕਿ ਮਰ ਕੇ ਮਸਲੇ ਹੱਲ ਨਹੀਂ ਹੁੰਦੇ, ਚੁੱਪ ਰਹੇ ਦੁਸ਼ਮਣ ਸਾਡੇ ਵੱਲ ਨਹੀਂ ਹੁੰਦੇ, ਹਾੜੇ ਸਾਥੀ ਉਮਰੇ ਉਹਨਾਂ ਮਾਪਿਆਂ ਤੋਂ ਵਿਛੋੜੇ ਝੱਲ ਨਹੀਂ ਹੁੰਦੇ, ਵੀ ਖੁਦਕੁਸ਼ੀ ਵਾਲਾ ਵੀ ਕੋਈ ਮਾਹੌਲ ਨਹੀਂ ਹੈਗਾ, ਅਸੀਂ ਖੁਸ਼ ਰੱਖਣ ਦੇ ਲਈ ਵਧੀਆ ਉਪਰਾਲੇ ਕਰਦੇ, ਮਿਹਨਤ ਕਰਦੇ ਵੀ ਕੁਛ ਨਾ ਕੁਛ ਅੱਗੇ ਸਾਡੀ ਮਿਹਨਤ ਨੂੰ ਰੰਗ ਲੱਗੇ। ਹੁਣ ਸਾਡੇ ਵੱਲੋਂ ਤਾਂ ਪੂਰੇ ਮਿਹਨਤਾਂ ਨੇ ਜੀ, ਅਸੀਂ ਤਾਂ ਮਤਲਬ ਪੜ੍ਹਨਾ ਹੋਣਾ, ਪਹਿਲਾਂ ਇਹਨਾਂ ਨੇ ਕਿਹਾ ਵੀ ਮਾਸਟਰ ਲੱਗਣ ਵਾਸਤੇ ਬੀ ਐੱਡ ਪਹਿਲਾਂ ਹੁੰਦੀ ਸੀ ਜ਼ਰੂਰੀ, ਅਸੀਂ ਨੇ ਉਹ ਵੀ ਕਰ ਲਈ ਸੀ। ਇਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਹੁਣ ਟੈਟ ਪਾਸ ਕਰੂਗਾ ਵੀ ਉਹਨੂੰ ਨੌਕਰੀ ਮਿਲੂਗੀ, ਅਸੀਂ ਉਹ ਵੀ ਕਰ ਲਿਆ ਜੀ, ਅਤੇ ਹੁਣ ਸਾਡੇ ਵੱਲੋਂ ਤਾਂ ਪੂਰਾ ਹੋਇਆ, ਹੁਣ ਇਹਨਾਂ ਨੇ ਇੱਕ ਰੱਖਤਾ ਵੀ ਸਬਜੈਕਟ ਟੈਸਟ, ਅਸੀਂ ਕਹਿੰਦੇ ਵੀ ਉਹ ਵੀ ਲੈ ਲਓ, ਅਸੀਂ ਉਹਦੇ ਵਿੱਚੋਂ ਵੀ ਆਪਦਾ ਖਰੇ ਉਤਰਾਂਗੇ, ਪਾਸ ਹੋਵਾਂਗੇ, ਪਰ ਹੁਣ ਸਰਕਾਰਾਂ ਦਾ ਜਿਹੜੀਆਂ ਨੀਤੀਆਂ ਨੇ ਗੰਦੀਆਂ ਨੇ, ਸੋਚ ਗੰਦੀ ਹੈ, ਉਹ ਸਾਨੂੰ ਰੁਜ਼ਗਾਰ ਦੇਣੇ ਨਹੀਂ ਚਾਹੁੰਦੀ, ਉਹਦੇ ਕਰਕੇ ਹੁਣ ਅਸੀਂ ਤਾਂ ਆਪਣੇ ਵੱਲੋਂ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਬੰਦਾ ਵਾਅਦਾ ਪੂਰੀ ਲਾਉਂਦਾ ਸੀ ਜਾਂ ਲਾਈ ਹੈ ਜੀ। ਤੁਹਾਡੀ ਸਮਾਜਿਕ ਸੰਸਥਾ ਵੱਲੋਂ ਜਾਂ ਕੋਈ ਲੀਡਰਾਂ ਵੱਲੋਂ ਸਰਕਾਰਾਂ ਵੱਲੋਂ ਤੁਹਾਨੂੰ ਮਾਣ ਸਨਮਾਨ ਤੁਹਾਨੂੰ ਮਿਲਦਾ ਹੋਊਗਾ? ਜਿਹੜੀਆਂ ਹੋਰ ਸੰਸਥਾਵਾਂ ਨੇ ਚਲੋ ਉਹਨਾਂ ਵੱਲੋਂ ਤਾਂ ਨਹੀਂ ਮਿਲਦਾ, ਸਰਕਾਰਾਂ ਵੱਲੋਂ ਜ਼ਰੂਰ ਮਿਲਦਾ ਜੀ ਸਾਨੂੰ, ਸਰਕਾਰਾਂ ਵੱਲੋਂ ਸਾਨੂੰ ਖੁੱਲ੍ਹਾ ਸਨਮਾਨ ਸਨਮਾਨ ਮਿਲਦਾ, ਮੈਨੂੰ ਲੱਗਦਾ ਮਹੀਨੇ 'ਚ 2-3 ਵਾਰੀ ਮਿਲ ਜਾਂਦਾ ਜੀ। ਉਹ ਮਾਣ ਸਨਮਾਨ ਤੁਹਾਨੂੰ ਮੈਂ ਕਮਰੇ 'ਚ ਨਹੀਂ ਦਿਖਾ ਸਕਦਾ, ਕੋਈ ਬੈਂਕਾਂ 'ਚ ਨਹੀਂ ਦਿਖਾ ਸਕਦਾ, ਮੈਂ ਫੜ ਕੇ ਨਹੀਂ ਦਿਖਾ ਸਕਦਾ, ਉਹ ਮਾਣ ਸਨਮਾਨ ਹੁੰਦਾ ਜਦੋਂ ਅਸੀਂ ਆਪਣੇ ਹੱਕਾਂ ਲਈ ਲੜਦੇ ਹਾਂ, ਮੰਗ ਪੱਤਰ ਦਿੰਦੇ ਹਾਂ। ਪਹਿਲਾਂ ਇਹਨਾਂ ਨੇ ਇੱਕ ਨੀਤੀ ਚਲਾਈ ਵੀ 55% ਹੋਣੇ ਲਾਜ਼ਮੀ ਨੇ ਬੀ ਏ ਦੇ ਵਿੱਚੋਂ, ਵੀ ਅੱਗੇ ਫਿਰ ਉਹ ਟੈਸਟ ਦੇ ਵਿੱਚ ਬੈਠੂਗਾ, ਜਦਕਿ ਪਹਿਲਾਂ ਇਹਨਾਂ ਨੇ ਕਰਿਆ ਹੋਇਆ ਸੀਗਾ ਵੀ ਜਿਹੜੇ ਆਪਣੇ ਐੱਸ ਸੀ ਕੈਟਾਗਰੀ ਵਾਲੇ ਉਹਨਾਂ ਨੂੰ 45, ਜਰਨਲ ਨੂੰ 50% ਲੈ ਕੇ ਗ੍ਰੈਜੂਏਸ਼ਨ ਕਰਕੇ ਫਿਰ ਬੀ ਐੱਡ ਕਰਨੀ। ਇਸ ਤੋਂ ਬਾਅਦ ਜਦੋਂ ਹੁਣ ਅਸੀਂ ਨੇ ਟੈਸਟ ਪਾਸ ਕਰ ਲਏ, ਇਹਨਾਂ ਨੇ ਇੱਕ ਹੋਰ ਨਵੀਂ ਨੀਤੀ ਰੱਖਤੀ ਮੂਹਰੇ ਵੀ ਜਿਹੜੇ ਬੱਚਿਆਂ ਦੇ ਹੋਣਗੇ 50% ਤੋਂ ਉੱਪਰ 55% ਤੋਂ ਉੱਤੇ ਹੋਣਗੇ ਉਹੀ ਟੈਸਟ ਦੇਊਗਾ, ਜਦਕਿ ਇਹਨਾਂ ਨੇ ਪਹਿਲਾਂ ਫੀਸਾਂ ਲੈਣ ਵੇਲੇ ਤਾਂ ਉਦੋਂ ਸੋਚਣਾ ਸੀਗਾ, ਹੁਣ ਤਾਂ ਅਸੀਂ ਟੈਸਟ ਵੀ ਕਲੀਅਰ ਕਰ ਲਏ। ਵਿਜੇਂਦਰ ਹਾਂਜੀ, ਵਿਜੇਂਦਰ ਸਿੰਗਲਾ ਜੀ ਨਾਲ ਅਸੀਂ ਜਦੋਂ ਇੱਥੇ ਜਾਂਦੇ ਹਾਂਗੇ, ਅਸੀਂ 5-6 ਮਹੀਨੇ ਸਾਡਾ ਪੱਕਾ ਧਰਨਾ ਲੱਗਿਆ ਰਿਹਾ ਡੀਸੀ ਦਫ਼ਤਰ ਅੱਗੇ, ਕਿਸੇ ਨੇ ਸਾਡੀ ਸਾਰ ਨਹੀਂ ਲਈ, ਹੋਰ ਵੀ ਇਕੱਲੇ ਵਿਜੇਂਦਰ ਸਿੰਗਲਾ ਕੀ ਅਤੇ ਹੋਰ ਵੀ ਵਿਰੋਧੀ ਧਿਰਾਂ ਨੇ ਵੀ ਨਹੀਂ ਕੋਈ ਸਾਡੀ ਸਾਰ ਲਈ, ਅੱਜ ਕੱਲ੍ਹ ਵੀ ਨਹੀਂ ਕੋਈ ਸਾਰ ਲੈ ਰਿਹਾ, ਅਤੇ ਉਦੋਂ ਅਸੀਂ ਉੱਥੋਂ ਜਾਂਦੇ ਹੁੰਦੇ ਸੀ ਉਹਨਾਂ ਦੇ ਕੋਠੀ ਤੱਕ ਘਰਾਓ ਕਰਦੇ ਸੀਗੇ, ਉੱਥੇ ਵੀ ਮੰਗ ਪੱਤਰ ਦੇਣਾ ਉਹਨਾਂ ਨੂੰ ਮਿਲਣਾ, ਕੋਈ ਉਹਨਾਂ ਦਾ ਉਹ ਨਹੀਂ ਸੀ ਮਿਲਣ ਵਾਲਾ ਕੰਮ ਨਹੀਂ ਸੀਗਾ, ਸਗੋਂ ਸਾਨੂੰ ਉੱਥੇ ਡਾਂਗਾਂ ਨਾਲ ਮਿਲਣੀ ਕਰਵਾਈ ਜਾਂਦੀ ਸੀ, ਸਾਡੀਆਂ ਦੀਵਾਲੀਆਂ, ਨਵੇਂ ਸਾਲ, ਲੋਹੜੀਆਂ, ਸਾਰਾ ਕੁਝ ਉੱਥੇ ਹੀ ਲੰਘੇ ਨੇ, ਕਾਲੀਆਂ ਲੋਹੜੀਆਂ ਮਨਾਈਆਂ ਗਈਆਂ ਨੇ, ਇਹਨਾਂ ਨੇ ਕੋਈ ਸਾਡਾ ਉਹ ਨਹੀਂ, ਜਾਂਦੇ ਹਾਂ ਉੱਥੇ
ਤਾਂ ਸਾਡੇ 150 ਬੰਦਾ ਹੁੰਦਾ ਤਾਂ ਉੱਥੇ ਸਾਡੇ ਨੂੰ ਦੁੱਗਣੇ ਤਿੱਗਣੇ ਇਹਨਾਂ ਦੇ ਮੁਲਾਜ਼ਮ ਪੁਲਿਸ ਵਾਲੇ ਡਾਂਗਾਂ ਲਈ ਖੜ੍ਹੇ ਹੁੰਦੇ ਨੇ, ਅੱਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ, ਸਿਰ ਪਾੜੇ ਜਾਂਦੇ ਨੇ, ਲੱਤਾਂ ਬਾਹਾਂ ਤੋੜੀਆਂ ਜਾਂਦੀਆਂ ਨੇ ਸਾਡੀਆਂ, ਇਹੋ ਜਿਹੇ ਮਾਣ ਸਨਮਾਨ ਕਰਦੇ ਨੇ, ਪਾਣੀ ਦੀਆਂ ਵਿਛਾੜਾਂ ਗੰਦੇ ਪਾਣੀ ਦੀਆਂ ਅਤੇ ਹੋਰ ਵੀ ਘਟੀਆ ਸ਼ਬਦਾਵਲੀ ਸਾਡੇ ਲਈ ਵਰਤੀ ਜਾਂਦਾ, ਜਦਕਿ ਹੋਰਾਂ ਨੂੰ ਤਾਂ ਬੋਲਣਾ ਸੌਖਾ ਹੀ ਹੈ। ਇਹਨਾਂ ਨੇ ਵਿਜੇਂਦਰ ਸਿੰਗਲਾ ਜੀ ਨੇ ਆਪ ਖੁਦ ਬੋਲੀ ਸੀ, ਮੀਡੀਆ ਦੇ ਵਿੱਚ ਗੱਲ ਚੱਕੀ ਸੀ, ਅਸੀਂ ਧੰਨਵਾਦ ਕਰਦੇ ਉਹਨਾਂ ਪੱਤਰਕਾਰ ਵੀਰਾਂ ਦਾ ਵੀ ਜਿਨ੍ਹਾਂ ਨੇ ਇਹ ਗੱਲ ਸਾਡੀ ਲੋਕਾਂ ਤੱਕ ਸਰਕਾਰ ਦੇ ਕੰਨੀ ਪਾਈ ਸੀਗੀ ਵੀ ਇਹ ਗੰਦਾ ਸ਼ਬਦ ਬੋਲਦੇ ਨੇ ਇਹਨਾਂ ਨੂੰ, ਸਾਡੇ ਤਾਂ ਇਹਨਾਂ ਨੂੰ ਕੋਈ ਉਹ ਨਹੀਂ, ਕੋਈ ਗੰਨ 'ਤੇ ਕੰਨ 'ਤੇ ਜੂਣੀ ਸਰਕਦੀ ਇਹਨਾਂ ਦੇ। ਸਰ ਮੈਂ BEd, MEd, MA ਹਿਸਟਰੀ, MA ਪੰਜਾਬੀ, BLib ਔਰ CTET 2 ਮੇਰਾ ਤਿੰਨ ਵਾਰ ਲਗਾਤਾਰ, CTET 1 ਇੱਕ ਵਾਰ ਔਰ PTET ਜਿਹੜਾ ਹੈਗਾ 2 ਉਹ 2 ਵਾਰ ਲਗਾਤਾਰ ਕਲੀਅਰ ਕਰਨ ਦੇ ਬਾਵਜੂਦ ਫਿਰ ਤੁਹਾਨੂੰ ਨੌਕਰੀ ਨਹੀਂ ਮਿਲੀ, ਹੁਣ ਤੁਸੀਂ ਕੀ ਕਾਰੋਬਾਰ ਕਰਦੇ? ਸਰ ਹੁਣ ਮੈਂ ਭੱਠੇ ਅਤੇ ਪਥੇਰ ਦਾ ਕੰਮ ਕਰਦਾ ਆਪਣੇ ਪਰਿਵਾਰ ਦੇ ਨਾਲ, ਅਤੇ ਬੇਰੁਜ਼ਗਾਰੀ ਕਾਰਨ ਫਿਰ ਮੈਨੂੰ ਭੱਠੇ ਦਾ ਕੰਮ ਹੀ ਕਰਨਾ ਪੈ ਰਿਹਾ। ਸ਼ੁਰੂ ਤੋਂ ਮਤਲਬ ਪਰਿਵਾਰ ਕਰਦਾ ਸੀ ਅਤੇ ਉਹਨਾਂ ਨਾਲ ਹੀ ਮੈਂ ਭੱਠੇ ਦਾ ਕੰਮ ਕਰ ਰਿਹਾ। ਇਹਦੇ ਪਿੱਛੇ ਕਿਹਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਹੋ, ਕੌਣ ਦੋਸ਼ੀ ਹੈ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਹੈਗੀ, ਤੁਸੀਂ ਇੰਨੀ ਹਾਸਲ ਕੀਤੀ ਹੈ ਪੜ੍ਹਾਈ? ਸਰ ਸਿੱਧੇ ਤੌਰ 'ਤੇ ਸਰਕਾਰਾਂ ਹੀ ਦੋਸ਼ੀ ਨੇ, ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਅਜਿਹੀਆਂ ਨੀਤੀਆਂ ਨੇ ਜਿਹੜੀਆਂ ਰੁਜ਼ਗਾਰ ਦੇਣਾ ਹੀ ਨਹੀਂ ਚਾਹੁੰਦੀਆਂ ਨਹੀਂ, ਤਾਂ ਜੇ ਮਤਲਬ ਉਹ ਸਰਕਾਰ ਦੀਆਂ ਨੀਤੀਆਂ ਚੰਗੀਆਂ ਹੋਣਗੀਆਂ ਤਾਂ ਕੀ ਲੋੜ ਪਏਗੀ ਮੈਨੂੰ ਧੁੱਪ ਦੇ ਵਿੱਚ ਭੱਠੇ ਦਾ ਕੰਮ ਕਰਨ? ਕੀ ਲੱਗਦਾ ਤੁਹਾਨੂੰ ਵੀ ਜਿਹੜਾ ਤੁਸੀਂ ਕਿਉਂ ਇੱਟਾਂ ਪੱਥਰ ਦਾ ਕੰਮ ਕੀਤਾ? ਹਾਂਜੀ, ਕਿਉਂਕਿ ਭੱਠੇ ਦੇ ਉੱਤੇ ਤਾਂ ਇਸੇ ਲਈ ਕੀਤਾ ਕਿ ਘਰਦਿਆਂ ਇੱਕ ਭੱਠੇ ਦਾ ਕੰਮ ਕਰਦੇ ਸੀ। ਦੂਜੀ ਗੱਲ ਇਹ, ਜਦੋਂ ਮੈਂ ਪੜ੍ਹਾਈ ਕੀਤੀ ਸੀਗੀ, ਕਿਤਾਬਾਂ ਦਾ ਖਰਚਾ, ਫੀਸਾਂ ਦਾ ਖਰਚਾ ਉਹ ਭੱਠੇ ਤੋਂ ਹੀ ਜਾਂਦਾ ਰਹਿੰਦਾ ਸੀ, ਅਤੇ ਮਤਲਬ ਘਰ ਦੇ ਜਿਹੜੇ ਹਾਲਾਤ ਥੋੜ੍ਹੇ ਜਿਹੇ ਇਸ ਤਰ੍ਹਾਂ ਦੇ ਹੋ ਗਏ ਸੀਗੇ ਕਿ ਨਾਲ ਕੰਮ ਕਰਵਾਉਣਾ ਪਿਆ। ਅਤੇ ਦੂਜੀ ਗੱਲ ਜੇ ਪ੍ਰਾਈਵੇਟ ਸਕੂਲਾਂ ਦੀ ਗੱਲ ਕਰਾਂ ਤਾਂ ਮੈਨੂੰ ਉੱਥੇ 4,000 ਜਾਂ 4,500 ਰੁਪਇਆ ਮਿਲਦਾ, ਅਤੇ ਉਹ ਮੈਨੂੰ ਜੇ ਮੈਂ ਪਿੰਡ ਤੋਂ ਬਾਹਰ ਕਿਸੇ ਸਕੂਲ ਦੇ ਵਿੱਚ ਜਾਣਾ ਤਾਂ ਉੱਥੇ ਮੈਨੂੰ ਮੋਟਰਸਾਈਕਲ ਲਿਜਾਣਾ ਪੈਣਾ, ਤੇਲ ਪੈਟਰੋਲ ਪੈ ਜਾਂਦਾ, 30-40 ਰੁਪਏ ਦਾ ਡੇਲੀ ਪਏਗਾ 50 ਦਾ, ਅਤੇ ਉਹਦੇ ਵੀ ਨਾਲ ਮੈਂ ਘਰ ਦਾ ਗੁਜ਼ਾਰਾ ਨਹੀਂ ਕਰ ਸਕਦਾ ਸੀਗਾ। ਅਤੇ ਘਰ ਦੇ ਜਿਹੜੀਆਂ ਸਕੂਲ ਦੀਆਂ ਫੀਸਾਂ ਸੀ, ਕਾਲਜ ਦੀਆਂ ਫੀਸਾਂ ਸੀ, ਉਹ ਵੀ ਵਾਪਸ ਕਰਨੀਆਂ ਸੀ ਸਰਕਾਰ ਜਿਹੜੀਆਂ ਅਸੀਂ ਫੜੀਆਂ ਹੋਈਆਂ ਸੀ ਭੱਠਾ ਮਾਲਕਾਂ ਤੋਂ, ਇਸ ਕਰਕੇ ਮੈਨੂੰ ਇੱਧਰ ਫਾਇਦਾ ਲੱਗਿਆ ਅਤੇ ਇੱਧਰ ਮੈਂ ਕਰ ਲੈਂਦਾ ਕੰਮ ਵਧੀਆ। ਅਤੇ ਸਿੰਗਲਾ ਜੀ ਨਾਲ ਵੀਰਿੰਦਰ ਸਿੰਘ ਨਾਲ ਕੋਈ ਮਿਲਦੇ ਰਹਿੰਦੇ ਹੋ ਜਾਂ ਕੋਈ ਗੱਲਬਾਤ? ਲੋ ਕਾਫੀ ਜਿਹੜੇ ਵਾਰ ਜਿਹੜੇ ਹੈਗੇ ਆ ਮੀਟਿੰਗ ਹੋਈ ਆ, ਅਤੇ ਮੀਟਿੰਗ ਜਿਹੜੇ ਹੈਗੇ ਨੇ ਵੇ ਸਿੱਟਾਂ ਨਿਕਲੀਆਂ ਨੇ। ਕਈ ਵਾਰ ਜਦੋਂ ਅਸੀਂ ਉੱਥੇ ਰੋਸ ਮੁਜ਼ਾਹਰੇ ਕੀਤੇ ਨੇ ਸਿੰਗਲਾ ਦੀ ਕੋਠੀ ਦੇ ਅੱਗੇ, ਅਤੇ ਉੱਥੇ ਸਾਨੂੰ ਜਿਹੜਾ ਹੈਗਾ ਪਾਣੀ ਦੇ ਵਿਛਾੜਾਂ ਨਾਲ ਜਿਹੜਾ ਸਾਨੂੰ ਉੱਥੋਂ ਧੱਕਿਆ ਗਿਆ ਅਤੇ ਘੇਲਿਆ ਗਿਆ, ਅਤੇ ਸਾਡੇ 'ਤੇ ਅੱਥਰੂ ਗੈਸ ਦੇ ਜਿਹੜੇ ਗੋਲੇ ਸੀ ਉਹ ਛੱਡੇ ਗਏ, ਲਾਠੀ ਚਾਰਜ ਕੀਤਾ ਗਿਆ ਸੀਗਾ। ਅਤੇ ਇੱਕ ਵਾਰੀ ਸਰਦੀਆਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਇੰਨਾ ਤੇਜ਼ ਲਾਠੀ ਚਾਰਜ ਕੀਤਾ ਸੀ ਕਿ ਮੇਰੇ ਗਿੱਟੇ 'ਤੇ ਖੁਦ ਜਿਹੜੇ ਹੈਗੀ ਇੱਕ ਛੋਟੀ ਵੱਜੀ ਸੀ, ਅਤੇ ਜਿਹਦੇ ਨਾਲ ਮੈਂ ਕਈ ਦਿਨ ਦੁੱਖ ਦੇ ਪੈਰ ਨਾਲ ਭੱਠੇ ਦੇ ਕੰਮ 'ਤੇ ਆਉਂਦਾ ਰਿਹਾ। ਹਾਂ ਸਰ, ਉਹ ਬੇਰੁਜ਼ਗਾਰ ਨੇ ਕੀ ਕਰਨਾ, ਤਾਂ ਹੁਣ ਤੁਸੀਂ ਜਿੰਨੀਆਂ ਵੀ ਮਰਜ਼ੀ ਪਾਰਟੀਆਂ ਦੇਖ ਲਓ ਖੇਤਾਂ ਦੇ ਵਿੱਚ ਜਿਹੜੀਆਂ ਝੋਨਾ ਲਾ ਰਹੀਆਂ ਨੇ, ਉਹਨਾਂ ਦੇ ਵਿੱਚੋਂ ਤੁਹਾਨੂੰ MEd, BEd, TET ਪਾਸ ਜਿਹੜੇ ਹੈਗੇ ਬੇਰੁਜ਼ਗਾਰ ਸਾਥੀ ਸਾਡੇ ਮਿਲ ਹੀ ਜਾਣਗੇ। ਅਤੇ ਕਿੰਨੀਆਂ ਹੀ ਕੁੜੀਆਂ ਨੇ, ਮੈਂ ਮਤਲਬ ਦੇਖ ਰਿਹਾ ਮੀਡੀਆ ਦੇ ਵਿੱਚ ਵੀ ਆਈਆਂ ਨੇ, ਆ ਰਹੀਆਂ ਨੇ ਨਿਊਜ਼ ਖਬਰਾਂ। ਤੁਸੀਂ ਦੇਖੋ ਕਿ ਇੱਕ ਜਿਹੜਾ ਮੁੰਡਾ ਗਾ ਬੇਰੁਜ਼ਗਾਰ, ਚਲੋ ਉਹ ਤਾਂ ਉਹ ਮਿਸਤਰੀਆਂ ਨਾਲ ਵੀ ਦਿਹਾੜੀ 'ਤੇ ਜਾ ਸਕਦਾ ਗਾ, ਅਤੇ ਜਾਂ ਹੋਰ ਕੋਈ ਆਪਣੇ ਰੁਜ਼ਗਾਰ ਕਰ ਸਕਦਾ, ਅਤੇ ਜਿਹੜੀ ਇੱਕ ਕੁੜੀ ਆ ਘਰੇਲੂ, ਅਤੇ ਚਲੋ ਹੁਣ ਤਾਂ ਝੋਨੇ ਦਾ ਸੀਜ਼ਨ ਆ, ਉਹ ਖੇਤਾਂ ਦੇ ਵਿੱਚ ਆਪਣੇ ਪਰਿਵਾਰ ਨਾਲ ਝੋਨਾ ਲਗਾ ਰਹੀ ਆ, ਉਸ ਤੋਂ ਬਾਅਦ ਕੀ ਕਰਦੀ ਹੋਏਗੀ? ਉਸ ਤੋਂ ਬਾਅਦ ਵਿਚਾਰੀ ਬੇਰੁਜ਼ਗਾਰ ਦੇ ਨਾਲ ਜੂਝ ਰਹੀ ਹੈਗੀ, ਮਾਨਸਿਕ ਸ਼ੋਸ਼ਣ ਹੋ ਰਿਹਾ ਹੋਏਗਾ ਉਹਦਾ, ਕੀ ਕਰੇਗੀ? ਹਾਂ ਸਰ, ਇਹ ਮਤਲਬ ਹਾਲਾਤਾਂ ਤੋਂ ਮਜਬੂਰ ਹੋ ਕੇ ਸੁਸਾਈਡ ਕਰ ਰਹੇ ਨੇ, ਪਰ ਮੈਂ ਆਪਣੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਸੁਸਾਈਡ ਸਾਡਾ ਹੱਲ ਨਹੀਂ ਹੈ, ਖੁਦਕੁਸ਼ੀ ਕਰਨਾ ਸਾਡਾ ਹੱਲ ਨਹੀਂ ਹੈ, ਲੜਨਾ ਚਾਹੀਦਾ ਸਾਨੂੰ ਆਪਣੇ ਹੱਕਾਂ ਦੇ ਲਈ, ਅਤੇ ਸਰਕਾਰਾਂ ਨੂੰ ਘੇਰਨਾ ਚਾਹੀਦਾ, ਸਰਕਾਰਾਂ ਦੇ ਸਾਹਮਣੇ ਆਪਣੀਆਂ ਜਿਹੜੀਆਂ ਹੈਗੀਆਂ ਨੇ ਗੱਲਾਂ ਰੱਖਣੀਆਂ ਚਾਹੀਦੀਆਂ ਨੇ। ਜੇ ਆਪਾਂ ਸੁਸਾਈਡ ਕਰ ਲੈਂਦੇ ਹਾਂ ਤਾਂ ਸਰਕਾਰਾਂ 'ਤੇ ਇਹਦਾ ਕੀ ਅਸਰ ਆ? ਹਰ ਰੋਜ਼ ਕਿੰਨੇ ਹੀ ਸੈਂਕੜੇ ਹੀ ਜਿਹੜੇ ਹੈਗੇ ਨੇਗੇ ਮਰਦੇ ਨੇ, ਲੋਕਾਂ ਦੀ ਮੌਤ ਹੁੰਦੀ ਹੈਗੀ, ਸਰਕਾਰਾਂ ਨੂੰ ਉਹਦਾ ਕੋਈ ਅਸਰ ਨਹੀਂ ਹੁੰਦਾ। ਤੁਹਾਡੇ ਜਿਹੜੇ ਯਾਰ ਦੋਸਤ ਨੇ ਜਾਂ ਪਿੰਡ ਦੇ ਲੋਕ ਨੇ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਹੈਗੇ ਨੇ, ਮਾਸਟਰ ਜੀ ਕਹਿ ਕੇ ਬੁਲਾਉਂਦੇ ਨੇ ਜਾਂ ਤੁਹਾਡਾ ਨਾਮ ਲੈ ਕੇ ਬੁਲਾਉਂਦੇ ਨੇ? ਹਾਂ ਸਰ, ਪਿੰਡ ਦੇ ਵਿੱਚੋਂ ਮਤਲਬ ਜਿਹੜੇ ਜਾਣਦੇ ਨੇ, ਵਧੀਆ ਰਿਸਪੈਕਟ ਕਰਦੇ ਨੇ, ਮਾਸਟਰ ਜੀ ਹੀ ਕਹਿੰਦੇ ਨੇ, ਕਈਆਂ ਨੇ ਤਾਂ ਮੋਬਾਈਲ ਦੇ ਵਿੱਚ ਨੰਬਰ ਵੀ ਜਿਹੜਾ ਮਾਸਟਰ ਜੀ ਦੇ ਉੱਤੇ ਸੇਵ ਕੀਤੇ ਹੋਏ ਨੇ, ਵਧੀਆ ਰਿਸਪੈਕਟ ਆ। ਪਰ ਕੁਛ ਕੁ ਹੈ ਹੁੰਦੇ ਆ ਇੱਦਾਂ, ਹਰ ਥਾਂ 'ਤੇ ਹੀ ਹੁੰਦੇ ਆ ਕਿ ਜਿਹੜਿਆਂ ਨੂੰ ਸਵਾਦ ਆਉਂਦਾ ਦੂਜਿਆਂ ਦੀ ਪਰਸਨਲ ਜ਼ਿੰਦਗੀ ਨਾਲ ਛੇੜਛਾੜ ਕਰਕੇ ਜਾਂ ਇੱਦਾਂ ਦੀਆਂ ਬੋਲੀਆਂ ਬੋਲ ਕੇ, ਅਤੇ ਉਹ ਇੱਦਾਂ ਦੇ ਲੋਕ ਨੇ ਜਿਹੜੇ ਕੁਛ ਸਾਸ ਉਹ ਵੀ ਬੋਲਦੇ ਵੀ ਨੇ ਪੁੱਠਾ ਜਿੱਦਾਂ। ਸਰਕਾਰ ਦੇ ਤਮਾਚੀ ਹੈ ਜੀ, ਸਰਕਾਰਾਂ ਦੇ ਕਾਲਜਾਂ ਦੇ ਵਿੱਚ ਪੜ੍ਹੇ, ਸਰਕਾਰਾਂ ਦੇ ਮਤਲਬ ਪੋਲਸੀਆਂ ਦੇ ਅਧੀਨ ਪੜ੍ਹੇ, ਅਤੇ ਅੱਜ ਅਸੀਂ ਭੱਠੇ ਦੇ ਕੰਮ ਕਰ ਰਹੇ ਹਾਂ। ਜਦਕਿ ਚਾਹੀਦਾ ਤਾਂ ਇਹ ਸੀ ਕਿ ਜਿਹੜੀਆਂ ਸਾਡੀਆਂ ਯੋਗਤਾਵਾਂ ਨੇ, ਜਿਹੜੀ ਸਾਡੀ ਯੋਗਤਾ ਗੀ, ਉਸ ਦੇ ਆਧਾਰ 'ਤੇ ਸਾਨੂੰ ਰੁਜ਼ਗਾਰ ਦਿੱਤਾ ਜਾਵੇ। ਸਰਕਾਰ ਨੇ ਖੁਦ ਕਿਹਾ ਸੀਗਾ ਕਿ ਅਸੀਂ ਜਦੋਂ ਸਾਡੀ ਸਰਕਾਰ ਬਣੇਗੀ, ਕੈਪਟਨ ਸਰਕਾਰ ਅਤੇ ਕਾਂਗਰਸ ਦੀ ਹਨ, ਅਤੇ ਉਹ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਰੁਜ਼ਗਾਰ ਦੇਵਾਂਗੇ ਯੋਗਤਾ ਦੇ ਆਧਾਰ 'ਤੇ। ਫਿਰ ਸਾਡੀ ਯੋਗਤਾ ਕਿੱਥੇ ਗਈ ਜਾਂ ਸਾਡੀ ਨੌਕਰੀ ਕਿੱਥੇ ਗਈ? ਮੱਖਣ ਸ਼ੇਰੋਂ ਕੀ ਮਾਂ ਨੇ ਬਤਾਇਆ ਕਿ ਅਬ ਤੋ ਹਮਾਰੇ ਸਪਨੇ ਵੀ ਟੂਟਦੇ ਦਿਖਾਈ ਦੇ ਰਹੇ ਹੈਂ।
ਕੀ ਸੀਗਾ ਵੀ ਅਧਿਆਪਕ ਟੀਚਰ ਲੱਗ ਜੂਗਾ? ਹਾਂ, ਸਾਨੂੰ ਅੱਗੇ ਵੀ ਟੀਚਰ ਲੱਗ ਜੂਗਾ, ਪਾਸ ਹੋ ਗਿਆ ਹੁਣ ਵੀ ਟੀਚਰ ਲੱਗ ਜੂਗਾ ਵੀ ਘਰ ਦੇ ਹਾਲਾਤ ਬਹੁਤ ਹਾਂ ਲੋਟ ਹੋ ਜਾਣਗੇ ਜੀ, ਘਰ ਦੇ ਹਾਲਾਤ ਬਹੁਤ ਔਖੇ ਨੇਗੇ। ਪਰ ਹੁਣ ਕਿਸ ਤਰ੍ਹਾਂ ਹਾਲਾਤ ਨੇ ਹੁਣ ਕੀ ਪਤਾ ਜੀ, ਹਾਲਾਤ ਇਹੋ ਜਿਹੇ ਨੇ, ਦੇਖ ਲਓ ਵੀ ਹੁਣ ਆਹ ਫਿਰਦੇ ਸਿੱਧਾ ਤੁਰੇ, ਦੇਖੋ ਸਰਕਾਰਾਂ ਦੇ ਹਾਲਾਤ ਨੇ, ਸਾਡਾ ਹੁਣ ਖੁੱਫ ਨੇ ਵੀ ਖਤਮ ਹੋ ਗਈ, ਸਰਕਾਰਾਂ ਨੇ ਕੋਈ ਸਾਡਾ ਹੋ ਨਹੀਂ ਕਰਿਆ ਹੈਗਾ। ਫਿਰ ਹੁਣ ਇੱਥੇ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ? ਹਾਂ ਇਹੀ ਕਰਦਾ ਜੀ ਗੁਜ਼ਾਰਾ। ਕੌਣ ਕੌਣ ਗੁਜ਼ਾਰਾ ਕਰ ਰਹੇ ਹੋ ਤੁਸੀਂ? ਮੈਂ ਮੱਖਣ ਦੇ ਪਾਪਾ ਵੀ ਆਉਂਦੇ ਨਾਲ ਸਾਰੇ ਜਾਂਦੇ ਹਾਂ ਜੀ, ਦੇਖ ਲਓ ਕਿੰਨੇ ਧੁੱਫਾਂ ਪੈਂਦੀਆਂ ਨੇ, ਕਿੰਨੀਆਂ ਗਰਮ ਪੈਂਦੀਆਂ ਨੇ, ਹੁਣ ਸਾਡਾ ਕੋਈ ਟਾਈਮ ਹੈਗਾ ਪੱਠੇ 'ਚ ਕੰਮ ਕਰਨ ਦਾ? ਲੱਗਦਾ ਤੁਹਾਨੂੰ ਵੀ ਤੁਹਾਡਾ ਪੁੱਤਰ ਟੀਚਰ ਬਣੂਗਾ? ਕੋਈ ਬਣਾ ਦੇ ਕੋਈ ਸਰਕਾਰ ਬਣਾਉਣਗੀਆਂ ਜੀ, ਹੁਣ ਤਾਂ ਸੁਪਨੇ ਵੀ ਸਾਡੇ ਖਤਮ ਹੋ ਗਏ ਜੀ, ਹੁਣ ਤਾਂ ਵੀ ਮੱਖਣ ਟੀਚਰ ਕਿੱਥੇ ਬਣੂ। ਬੇਰੋਜ਼ਗਾਰ ਯੁਵਾ ਮੱਖਣ ਸ਼ੇਰੋਂ ਮੇਂ ਇੱਕ ਔਰ ਪ੍ਰਤਿਭਾ ਵੀ ਹੈ, यह युवक एक अच्छा लेखक है। स्थानिक वासियों ने बताया कि हम कोशिश कर रहे हैं कि मक्खन के लिखे हुए गीतों को प्रसिद्ध पंजाबी गायकों द्वारा गाया जाए, इसके लिए हम हर संभव प्रयास कर रहे हैं। सर आज तो 2 साल पहला ये बच्चा मैनू मिलया सी, बच्चा किवें मिलया सर? थोनू पता है भी ये भट्ठे ते काम करदा है, घर दी कुछ प्रॉब्लम सीगियां, इन्हें मैनू दसियां, चलो मैं मीडिया के सामने नहीं जाहिर कर सकता। असी एक कोशिश कर रहे इस बच्चे इहदी कलम दी ते जिहड़ी इहदी योग्यता है, योग्यता मुताबक इहनू लगे हैं भी जिन्नियां भी संस्थावां मिलके अच्छा लिखा रही है, समाज नूं सेध देण वाली इहदी कलम है भी, इस करके आपां इहदा साथ दईए ते किसे चंगे गायक तों गाणा रिकॉर्ड हो जाए ते आउण वालियां पीढ़ियां नूं इक सुधारण सैट होवे ते चंगे लिखारी भी इह पंजाब दे विच वसदे आ। बिल्कुल जी, इहनां दे 2-4 कलाकारां ने गाए ने, हुण इक लेटैस्ट इहनां दा रणजीत मणी जी गाणा कर रहे ने, ते मेरी भी कोशिश जारी है भी बहुत जल्दी असीं पंजाब दे उग्गे कलाकार तों गाणा रिकॉर्ड कराउण जा रहे हैं, ते हजे साडी डेट फिक्स नहीं हुई पर साडी गलबात चल रही है। देखो जी, असीं उह आपो अपनी अगली दी जिहड़ी गाउणी गाउण वाली शैली आ उह आपो अपना तजर्बा है, उहनां दा शौक है, असीं उहनां बारे तां कुछ कह नहीं सकदे, पर असीं इक यूथ नूं इक जनता नूं अपील करदे हां भी जिहड़ा चंगा गायक लिखदा है, मान लो किसे देखो जी भट्ठे ते पथेर दा काम कर रहा है, इहदी कोई भी तुसीं कवितावां कोई भी लेख जां कोई गाणा देख लो, इहने गरीबी ते लिखिआ जां किसानी ते लिखिआ, किसानी उह नहीं जिहड़ी टीवी ते बड़का मारदी है, किसानी उह है जिहड़ी झोना ला रही है ते जिहड़े सुसाइड कर रहे ने किसान, जां देखो थोड़े लहरे करके इक थोड़े सामने कांड होया बेचारा, उह लड़का डैथ कर गिआ बेरोज़गार टीचर, उस बारे लिखदा है कलम नूं देख के भी हालात की है, समाज दे विच की हो रिहा है। देखो जी, असी तो सरकारां नूं अपील ही कर सकते हैं, साडा किसी पार्टी नाल लैणा देणा नहीं है, अजे तां पंजाब दे मुख्यमंत्री साहब जिन्ने भी लीडर साहिबान ने ਤਾਂ ਜੋ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ, ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਜਿੰਨੇ ਵੀ ਪੜ੍ਹਿਆ ਲਿਖਿਆ ਯੂਥ ਹੈ ਜਿਹੜਾ ਭੱਠੇ 'ਤੇ ਕੰਮ ਕਰ ਰਿਹਾ, ਜਿਹੜਾ ਚੌਲ ਲਾ ਰਿਹਾ, ਉਹਦੇ ਬਾਰੇ ਸੋਚਿਆ ਜਾਵੇ ਅਤੇ ਉਹਦੀ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਸੋਚਿਆ ਜਾਵੇ, ਤਾਂ ਜੋ ਜਿਹੜੇ ਇੰਨੇ ਬੱਚੇ ਨੇ, ਕੋਈ ਐੱਮ ਏ ਹੈ, ਕੋਈ ਐੱਮ ਟੈਕ ਹੈ, ਕੋਈ ਸੀ ਟੈਟ ਹੈ, ਕੋਈ ਬੀ ਐੱਡ ਪਾਸ ਹੈ, ਉਹ ਭੱਠੇ 'ਤੇ ਨਾ ਕੀਤਾ ਜਾਵੇ, ਕੁਛ ਨਾ ਕੁਛ ਪ੍ਰਾਈਵੇਟ ਜੋਬ ਦਾ, ਸਰਕਾਰੀ ਦਾ ਨਹੀਂ, ਕੋਈ ਪ੍ਰਾਈਵੇਟ ਜੋਬ ਦਾ ਹੱਲ ਕੀਤਾ ਜਾਵੇ, 2 ਰੁਪਏ ਚੰਗੇ ਆਉਣ ਤਾਂ ਜੋ ਇਹਨਾਂ ਦੀਆਂ ਮਾਵਾਂ ਜਿਹੜੀਆਂ ਭੱਠੇ 'ਤੇ ਕੰਮ ਕਰ ਰਹੀਆਂ ਉਹ ਬੰਦ ਹੋ ਸਕਣ। ਸੱਤਾ ਮੇਂ ਆਨੇ ਸੇ ਪਹਿਲੇ ਕੈਪਟਨ ਸਰਕਾਰ ਕਾ ਬੜਾ ਵਾਅਦਾ ਥਾ ਘਰ ਘਰ ਨੌਕਰੀ, ਲੇਕਿਨ ਕੁਛ ਹੀ ਸਮੇਂ ਬਾਅਦ ਇਹ ਵਾਅਦੇ ਵਾ ਦਾਅਵੇ ਹਵਾ ਹੋ ਗਏ। ਆਜ ਰਾਜੇ ਕਾ ਪੜ੍ਹਾ ਲਿਖਾ ਯੁਵਾ ਵਰਗ, ਖਾਸ ਕਰ ਬੇਰੋਜ਼ਗਾਰ ਅਧਿਆਪਕ ਵਰਗ, ਜਿਸਨੇ ਦੇਸ਼ ਕੋ ਅੱਛੇ ਨਾਗਰਿਕ ਦੇਣੇ ਹੈ, ਖੁਦ ਹਾਲਾਤੋਂ ਕੇ ਸਾਥ ਸਮਝੌਤਾ ਕਰਤੇ ਹੋਏ ਮੁਸ਼ਕਿਲ ਸੇ ਆਪਣਾ ਗੁਜ਼ਾਰਾ ਕਰ ਰਹਾ ਹੈ। ਜ਼ਰੂਰਤ ਹੈ ਸਰਕਾਰੋਂ ਕੋ ਐਸੇ ਯੁਵਾਓਂ ਕੇ ਬਾਰੇ ਮੇਂ ਸੋਚਨੇ ਕੀ, ਔਰ ਸਾਥ ਹੀ ਮਨਚਾਹੀ ਫੀਸੇਂ ਵਸੂਲਨੇ ਵਾਲੇ ਪ੍ਰਾਈਵੇਟ ਸਕੂਲੋਂ ਪਰ ਕਾਰਵਾਈ ਕਰਨੇ ਕੀ, ਜੋ ਪੜ੍ਹੇ ਲਿਖੇ ਯੁਵਾਓਂ ਕਾ ਸ਼ੋਸ਼ਣ ਕਰਤੇ ਹੈ। ਬਿਊਰੋ ਰਿਪੋਰਟ, D5 ਚੈਨਲ, ਹਿੰਦੀ।